ਨਵਾਂਸ਼ਹਿਰ ਦੇ ਐਸਐਸਪੀ ਹਰਮਨਵੀਰ ਸਿੰਘ ਗਿੱਲ ਦੇ ਨਿਰਦੇਸ਼ਾਂ ਤੇ ਨਵਾਂਸ਼ਹਿਰ ਸੀਆਈ ਸਟਾਫ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦੇ ਆਂ। ਪਿਛਲੇ ਦਿਨ ਇੱਕ ਮਹਿਲਾ ਕੋਲੋਂ ਲੁੱਟਖੋ ਕਰਨ ਵਾਲੇ ਮਾਮਲੇ ਵਿੱਚ ਦੋ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਨਵਾਂਸ਼ਹਿਰ ਦੇ ਕ੍ਰਾਈਮ ਬ੍ਰਾਂਚ ਦੇ ਡੀਐਸਪੀ ਸੁਰਿੰਦਰ ਸਿੰਘ ਚਾਂਦ ਨੇ ਦੱਸਿਆ ਕਿ ਨਵਾਂਸ਼ਹਿਰ ਦੀ ਵਾਸੀ ਰੇਖਾ ਜੋ ਕਿ ਕੁਝ ਦਿਨ ਪਹਿਲਾਂ ਦਸ਼ਮੇਸ਼ ਨਗਰ ਸਲੋ ਰੋਡ ਪਾਸੋਂ ਜਾ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਉਸਦਾ ਬੈਗ ਖੋਲ ਲਿਆ ਸੀ। ਇਸ ਮਾਮਲੇ ਉੱਤੇ ਪੁਲਿਸ ਨੇ ਜਾਂਚ ਕਰਦਿਆਂ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਅਮਰਜੀਤ ਸਿੰਘ ਅਤੇ ਮਨਪ੍ਰੀਤ ਵਾਸੀ ਕਰਿਆਮ ਜ਼ਿਲ੍ਹਾ ਨਵਾਂਸ਼ਹਿਰ ਵਜੋਂ ਹੋਈ ਹੈ। ਪੁਲਿਸ ਨੇ ਇਹਨਾਂ ਦੋਵਾਂ ਅਪਰਾਧੀਆਂ ਨੂੰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿ ਮਿਤੀ 9/1/2021 ਨੂੰ ਪ੍ਰਕਾਸ਼ ਮਾਡਲ ਸਕੂਲ ਰਾਹੋਂ ਰੋਡ ਦੇ ਨਜ਼ਦੀਕ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਮੇਰਾ ਜਿਹੜਾ ਪਰਸ ਉਹ ਖੋ ਕੇ ਲੈ ਗਏ ਸੀਗੇ, ਜਿਸ 'ਤੇ ਕੱਲ੍ਹ ਤੁਰੰਤ ਮੁਕੱਦਮਾ ਨੰਬਰ 200 ਦਰਜ ਕਰਕੇ ਤਫਤੀਸ਼ ਅਮਲ 'ਚ ਲਿਆਂਦੀ ਗਈ ਅਤੇ ਮਾਣਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਸੀਆਈਏ ਅਤੇ ਸਿਟੀ ਥਾਣੇ ਦੀਆਂ ਵੱਖ ਵੱਖ ਟੀਮਾਂ ਤਿਆਰ ਕੀਤੀਆਂ ਗਈਆਂ, ਜਿਸ 'ਤੇ ਸਾਨੂੰ ਕਾਮਯਾਬੀ ਹਾਸਲ ਮਿਲੀ, ਜਿਸ ਦੇ ਵਿੱਚ ਅਮਰਜੀਤ ਸਿੰਘ ਪੁੱਤਰ ਨਿੱਕਾ, ਅਮਰਜੀਤ ਸਿੰਘ ਉਰਫ ਨਿੱਕਾ ਅਤੇ ਮਨਪ੍ਰੀਤ ਸਿੰਘ ਉਰਫ ਸ਼ਿੰਦਰਪਾਲ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਵਿੱਚੋਂ ਉਹਨਾਂ ਕੋਲ ਖੋਇਆ ਹੋਇਆ ਸਮਾਨ ਬਰਾਮਦ ਕੀਤਾ ਗਿਆ। ਨਹੀਂ, ਹਲੇ ਤੱਕ ਕੋਈ ਇਹੋ ਜਿਹੀ ਵਾਰਦਾਤ ਸਾਹਮਣੇ ਨਹੀਂ ਆਈ। ਹਲੇ ਜੋ ਪੁੱਛਗਿੱਛ ਦੇ ਦੌਰਾਨ ਪਹਿਲੀ ਹੀ ਵਾਰਦਾਤ ਸਾਹਮਣੇ ਆਈ ਹੈ, ਬਾਕੀ ਹੁਣ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਊਗੀ। ਨਹੀਂ, ਹਲੇ ਤੱਕ ਕੋਈ ਇਹੋ ਗੱਲ ਸਾਹਮਣੇ ਨਹੀਂ। ਇਹ ਮੋਟਰਸਾਈਕਲ ਇਹਨਾਂ ਦਾ ਆਪਣਾ ਵਾ, ਉਮਰ ਕਰੀਬ ਹੈਗੀ ਹੈ 20-21 ਸਾਲ ਦੋਨਾਂ ਦੀ। ਇਹ ਪਹਿਲਾਂ ਠੇਕੇ ਦਾ ਕੰਮ ਕਰਦਾ ਸੀਗਾ ਇੱਕ ਲੜਕਾ, ਅਤੇ ਦੂਜਾ ਲੱਕੜੀ ਦਾ ਕੰਮ ਕਰਦਾ ਹੈਗਾ। ਐਜੂਕੇਸ਼ਨ ਇੱਕ 10 ਪੜ੍ਹਿਆ ਹੋਇਆ ਗਾ, ਇਹ ਘੱਟ ਪੜ੍ਹਿਆ ਹੋਇਆ ਗਾ ਜੀ। ਕਰ ਲੈਂਦੇ ਨੇ ਨਸ਼ਾ। ਮਾਮਲਾ 379B ਦੇ ਤਹਿਤ, ਮੁਕੱਦਮਾ ਨੰਬਰ 200। ਨਹੀਂ, ਇਹਨਾਂ ਨੇ ਖਾਲੀ ਚਪਟਮਾਰੀ ਕੀਤੀ ਹੈ। ਦਸ ਟੈਲੀ ਨਿਊਜ਼ ਲਈ ਨਵਾਂਸ਼ਹਿਰ ਤੋਂ ਅਰਜੁਨ ਰਤੂ ਦੀ ਰਿਪੋਰਟ। We at GNA University see potential in everyone and everything around us. We drive innovation and entrepreneurship, encourage thought leadership. We are at the forefront of new age digital technology. We are world standard in theory and practice. We are a multicultural network community. We groom competent global citizens to effect positive change around them.